ਸੁੱਖਾ ਕਾਹਲਵਾਂ ਸ਼ਾਰਪ ਸ਼ੂਟਰ ਗਰੁੱਪ ਨੇ ਹੁਣ ਉਸਦੇ ਨਾਂ ਦੇ ਉੱਤੇ ਬਣਾਈ ਜਾ ਰਹੀ ਫਿਲਮ ਤੇ ਸਵਾਲ ਚੱਕੇ ਨੇ। ਵਿੱਕੀ ਗੋਂਡਰ ਹੱਥੋਂ ਕਤਲ ਕੀਤੇ ਗਏ ਸੁੱਖਾ ਕਾਹਲਵਾਂ ਦੇ ਉੱਤੇ ਇੱਕ ਫਿਲਮ ਬਣਾਉਣ ਦੀ ਚਰਚਾ ਫੈਲੀ ਹੋਈ ਹੈ। ਸੁੱਖਾ ਕਾਹਲਵਾਂ ਗਰੁੱਪ ਨੇ ਫੇਸਬੁੱਕ ਦੇ ਜ਼ਰੀਏ ਇਹਨੂੰ ਫੇਕ ਦੱਸਿਆ ਹੈ। ਵਿੱਕੀ ਗੋਂਡਰ ਹੱਥੋਂ ਕਤਲ ਹੋਣ ਤੋਂ ਬਾਅਦ ਸੁੱਖਾ ਕਾਹਲਵਾਂ ਤੇ ਵਿੱਕੀ ਗੋਂਡਰ ਦੋਨੋਂ ਗੈਂਗਸਟਰ ਇੱਕੋ ਦਮ ਪੰਜਾਬ 'ਚ ਮਸ਼ਹੂਰ ਹੋ ਗਏ ਸਨ। ਗੈਂਗਸਟਰ ਸੁੱਖਾ ਕਾਹਲਵਾਂ ਦੇ ਵਿੱਕੀ ਗੋਂਡਰ ਹੱਥੋਂ ਹੋਏ ਕਤਲ ਦੇ ਉੱਤੇ ਬਣਿਆ ਇੱਕ ਟ੍ਰੇਲਰ ਵਾਇਰਲ ਕੀਤਾ ਜਾ ਰਿਹਾ ਹੈ। ਇਸ ਟ੍ਰੇਲਰ ਦੇ ਉੱਤੇ ਸਵਾਲ ਚੱਕਦਿਆਂ ਹੋਇਆ ਸੁੱਖਾ ਕਾਹਲੋ ਸ਼ਾਰਪ ਸ਼ੂਟਰ ਗਰੁੱਪ ਨੇ ਇਸ ਨੂੰ ਬਿਲਕੁਲ ਫੇਕ ਦੱਸਿਆ ਹੈ। ਸੁੱਖਾ ਕਾਹਲੋ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਇਸ ਫਿਲਮ ਦੇ ਨਾਮ ਦੇ ਉੱਤੇ ਲੋਕਾਂ ਕੋਲੋਂ ਸੁੱਖੇ ਦੇ ਨਾਂ ਤੇ ਵਸੂਲੀ ਹੋ ਰਹੀ ਹੈ। ਪੁਲਿਸ ਦੇ ਦਾਅਵਿਆਂ ਦੇ ਬਾਵਜੂਦ ਗੈਂਗਸਟਰਾਂ ਦੇ ਗਰੁੱਪ ਫੇਸਬੁੱਕ ਦੇ ਉੱਤੇ ਬੰਦ ਨਹੀਂ ਹੋ ਰਹੇ। ਫੇਸਬੁੱਕ ਦੇ ਉੱਤੇ ਬਣੇ ਸੁੱਖਾ ਕਾਹਲੋ ਸ਼ਾਰਪ ਸ਼ੂਟਰ ਪੇਜ ਦੇ ਉੱਤੇ ਇਸ ਗੈਂਗ ਵੱਲੋਂ ਸ਼ਰੇਆਮ ਲਿਖਿਆ ਗਿਆ ਹੈ ਕਿ ਇਹ ਫਿਲਮ ਫੇਕ ਹੈ। ਫਿਲਮ ਦੇ ਵਾਇਰਲ ਕੀਤੇ ਗਏ ਟ੍ਰੇਲਰ ਉੱਤੇ ਫੇਕ ਲਿਖ ਕੇ ਵੀਡੀਓ ਦੇ ਨਾਲ ਨਾਲ ਕੁਝ ਤੱਥ ਵੀ ਪੋਸਟ ਕੀਤੇ ਗਏ ਨੇ, ਤੁਸੀਂ ਆਪ ਹੀ ਪੜ੍ਹੋ ਸਕਰੀਨ ਦੇ ਉੱਤੇ। ਸੁੱਖਾ ਕਾਹਲੋ ਗਰੁੱਪ ਨੇ ਸਾਫ ਲਿਖਿਆ ਹੈ ਕਿ ਇਸ ਟਾਈਮ ਉਹਨਾਂ ਦਾ ਧਿਆਨ ਕਿਸੇ ਵੀ ਫਿਲਮ ਬਣਾਉਣ ਵੱਲ ਨਹੀਂ ਹੈ। ਜੋ ਮੁੰਡਾ ਫਿਲਮ ਬਣਾਉਣ ਦਾ ਦਾਅਵਾ ਕਰ ਰਿਹਾ ਹੈ ਉਸਨੇ ਸੁੱਖੇ ਦੇ ਮਾਂ ਬਾਪ ਨਾਲ ਕੁਝ ਤਸਵੀਰਾਂ ਖਿਚਵਾਈਆਂ ਹੋਈਆਂ ਨੇ। ਉਹ ਕਦੇ ਵੀ ਸੁੱਖੇ ਦਾ ਸਾਥੀ ਨਹੀਂ ਰਿਹਾ, ਜਦਕਿ ਉਹ ਆਪਣੇ ਆਪ ਨੂੰ ਸੁੱਖਾ ਕਾਹਲਵਾਂ ਦਾ ਖਾਸ ਦੱਸ ਰਿਹਾ ਹੈ। ਦੈਨਿਕ ਮੇਲ ਪੰਜਾਬੀ ਟੀਵੀ ਐਸੀ ਕਿਸੇ ਗੱਲ ਦੀ ਪੁਸ਼ਟੀ ਨਹੀਂ ਕਰਦਾ, ਪਰ ਇਹ ਗੱਲਾਂ ਸ਼ਰੇਆਮ ਸੁੱਖਾ ਗਰੁੱਪ ਵੱਲੋਂ ਲਿਖੀਆਂ ਗਈਆਂ ਨੇ। ਸੁੱਖਾ ਗਰੁੱਪ ਨੇ ਸਾਫ਼ ਕੀਤਾ ਹੈ ਕਿ ਇਹ ਫਿਲਮ ਫੇਕ ਹੈ, ਇੱਦਾਂ ਦੀ ਕੋਈ ਫਿਲਮ ਨਹੀਂ ਬਣ ਰਹੀ। ਵੀਡੀਓ ਐਡਿਟ ਦੇ ਜ਼ਰੀਏ ਟ੍ਰੇਲਰ ਬਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਸੁੱਖਾ ਦੇ ਨਾਂ 'ਤੇ ਪੈਸਿਆਂ ਦੀ ਵਸੂਲੀ ਹੋ ਰਹੀ ਹੈ। ਫੇਸਬੁੱਕ ਪੋਸਟ 'ਚ ਇਹ ਵੀ ਕਿਹਾ ਗਿਆ ਹੈ ਕਿ ਉਹਨਾਂ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ, ਉਹਨਾਂ ਨੂੰ ਪੈਸਿਆਂ ਦੀ ਕੋਈ ਜ਼ਰੂਰਤ ਨਹੀਂ ਹੈ। ਜੇਕਰ ਫਿਲਮ ਬਣਾਉਣ ਵੱਲ ਕੋਈ ਮੂਡ ਹੋਏਗਾ ਤਾਂ ਉਹ ਖੁਦ ਸਭ ਨੂੰ ਦੱਸਣਗੇ। ਸੁੱਖਾ ਕਾਹਲੋ ਦੇ ਨਾਂ ਦੇ ਉੱਤੇ ਬਣਾਈ ਜਾ ਰਹੀ ਫਿਲਮ ਦਾ ਕਹਿ ਕੇ ਜੋ ਟ੍ਰੇਲਰ ਵਾਇਰਲ ਕੀਤਾ ਗਿਆ ਹੈ ਉਸ ਨੂੰ ਇਹਨਾਂ ਨੇ ਫਰਜ਼ੀ ਦੱਸਿਆ ਹੈ। ਸੁੱਖਾ ਕਾਹਲੋ ਸ਼ਾਰਪ ਸ਼ੂਟਰ ਗਰੁੱਪ ਨੇ ਫੇਸਬੁੱਕ 'ਤੇ ਲਿਖਿਆ ਹੈ ਕਿ ਇਹ ਟ੍ਰੇਲਰ ਗਲਤ ਹੈ ਅਤੇ ਐਡੀਟਿੰਗ ਦੇ ਜ਼ਰੀਏ ਬਣਾਇਆ ਗਿਆ ਹੈ। ਇਸ ਦੇ ਨਾਮ ਦੇ ਉੱਤੇ ਸਿਰਫ ਸੁੱਖੇ ਦਾ ਨਾਂ ਲੈ ਕੇ ਲੋਕਾਂ ਕੋਲੋਂ ਵਸੂਲੀ ਕੀਤੀ ਜਾ ਰਹੀ ਹੈ। ਸੁੱਖਾ ਕਾਹਲੋ ਸ਼ਾਰਪ ਸ਼ੂਟਰ ਗਰੁੱਪ ਨੇ ਫੇਸਬੁੱਕ ਦੇ ਜ਼ਰੀਏ ਅਪੀਲ ਵੀ ਕੀਤੀ, ਕੋਈ ਵੀ ਕਿਸੇ ਨੂੰ ਸੁੱਖੇ ਦੇ ਨਾਂ 'ਤੇ ਪੈਸਾ ਨਾ ਦੇਵੇ, ਕਿਉਂਕਿ ਸਾਨੂੰ ਪੈਸਿਆਂ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਫੇਸਬੁੱਕ ਪੋਸਟ 'ਚ ਫਿਲਮ ਬਣਾਉਣ ਵਾਲੇ ਸ਼ਖਸ ਨੂੰ ਧਮਕੀ ਵੀ ਦਿੱਤੀ ਗਈ ਹੈ ਕਿ ਜਲਦ ਹੀ ਤੁਹਾਨੂੰ ਉਸਦਾ ਹਾਲ ਦਿਖਾਵਾਂਗੇ। ਦੇਖੋ ਟ੍ਰੇਲਰ। ਮੈਂ ਸੁਖਵੀਰ ਸਿੰਘ ਉਰਫ ਸੁੱਖਾ, ਪਿੰਡ ਕਾਲਵਾ। ਮੇਰੀ ਜ਼ਿੰਦਗੀ ਵਿੱਚ ਸਿਰਫ ਇੱਕੋ ਐਪ ਹੈਗਾ ਔਰ ਉਹ ਹੈਗਾ ਮੁਹੱਬਤ ਦਾ। ਮੁਹੱਬਤ ਮੇਰੇ ਆਪਣੇ ਪਰਿਵਾਰ ਨਾਲ, ਮੇਰੇ ਆਪਣੇ ਯਾਰਾਂ ਨਾਲ, ਔਰ ਇਨ ਸਭ ਦੇ ਨਾਲ ਮੈਨੂੰ ਇੱਕ ਹੋਰ ਨਸ਼ਾ ਵੀ ਹੈਗਾ, ਨਸ਼ਾ ਆਪਣੇ ਪਿੰਡ ਤੇ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ। ਉਹ ਵੱਡੇ ਕਹਿ ਗਏ ਨਾ ਕਿ ਤੁਸੀਂ ਗਲਤ ਹੋ ਤੇ ਬਾਕੀ ਸਾਰੇ ਤੁਹਾਨੂੰ ਹੋਰ ਗਲਤ ਕਰਨਗੇ, ਪਰ ਜੇ ਤੁਸੀਂ ਸਾਫ਼ ਹੋ ਤੇ ਲੋਕੀ ਤੁਹਾਨੂੰ ਬਦਨਾਮ ਕਰ ਹੋਰ ਵੀ ਗਲਤ ਸਾਬਿਤ ਕਰਨਗੇ। ਮੇਰੇ ਨਾਲ ਵੀ ਕੁਝ ਅਜਿਹਾ ਹੀ ਹੋ ਗਿਆ, ਮੇਰੇ ਹੱਥੋਂ ਕੁਝ ਗੁਨਾਹ ਹੋ ਗਏ ਔਰ ਇਸ ਕਰਕੇ ਮੇਰੇ ਬੈਰੀਆ ਦੀ ਲਿਸਟ ਕਾਫੀ ਲੰਬੀ ਹੋ ਗਈ। ਕੀ ਪਤਾ ਸੀਗਾ ਉਸ ਲਿਸਟ ਵਿੱਚ ਕਦ ਮੇਰੇ ਆਪਦੇ ਯਾਰ ਸ਼ਾਮਿਲ ਹੋ ਜਾਣਗੇ।
ਉਹ ਮੇਰੇ ਯਾਰ ਜਿਨ੍ਹਾਂ ਨੂੰ ਮੈਂ ਆਪਦਾ ਭਰਾ ਮੰਨਦਾ ਸੀਗਾ। ਮੇਰੀ ਜਾਨ ਦੇ ਪਿਆਸੇ ਹੋਏ, ਮੈਨੂੰ ਆਪ ਹੀ ਪਤਾ ਨਹੀਂ ਲੱਗਿਆ। ਮੈਂ ਤਾਂ ਖੁਦ ਆਪਣੀ ਜ਼ਿੰਦਗੀ ਤੋਂ ਬਾਹਰ ਆਉਣਾ ਚਾਹੁੰਦਾ ਸੀਗਾ, ਇੱਕ ਚੰਗੀ ਸਾਫ ਸੁਥਰੀ ਜ਼ਿੰਦਗੀ ਜੀਣਾ ਚਾਹੁੰਦਾ ਸੀਗਾ। ਪਰ ਜ਼ਿੰਦਗੀ ਤੇ ਦੋਸਤੀ ਦੋਨੋਂ ਹੀ ਘੱਟ ਪੈ ਗਏ।